ਜੇ ਤੁਸੀਂ ਬਿਨਾਂ ਸਪਰੇਹਾਂ ਦੇ ਬਾਵਜੂਦ ਵੀ ਕੋਈ ਇਹ 'ਤੇ ਫੰਗੀਸਾਈਡ ਨਹੀਂ ਹੋਇਆ, ਫਿਰ ਵੀ ਤੁਸੀਂ ਦੇਖ ਸਕਦੇ ਹੋ ਕਣਕ ਦੀ ਅੱਜ ਦੀ ਹਾਲਤ ਬਹੁਤ ਸੋਹਣੀ ਆ। ਵੀਰੋ, ਕਣਕ ਦੀ ਜੇ ਗੱਲ ਕਰੀਏ ਤਾਂ ਬਹੁਤ ਸਾਰੀਆਂ ਵਰਾਇਟੀਆਂ ਆ ਚੁੱਕੀਆਂ ਨੇ, ਅਤੇ ਜਿਨ੍ਹਾਂ ਦਾ ਝਾੜ ਅੱਜ ਕੱਲ੍ਹ ਜਿਹੜੀ ਨਵੀਂ ਵਰਾਇਟੀ ਕੋਈ ਵੀ ਆਉਂਦੀ ਆ, 27 ਤੋਂ 28-30 ਕੁਇੰਟਲ ਤੱਕ ਝਾੜ ਕਲੇਮ ਕੀਤਾ ਜਾਂਦਾ ਕਹਿੰਦੇ ਨੇਗੇ, ਪਰ ਅਸਲ ਦੇ ਵਿੱਚ ਝਾੜ ਆਉਣ 'ਤੇ ਪਤਾ ਲੱਗਦਾ। ਅਤੇ ਅੱਜ ਜਿਹੜੀ ਵਰਾਇਟੀ ਦੇ ਵਿੱਚ ਖੜ੍ਹੇ ਹਾਂ ਇਹਦਾ ਵੀ 70 ਮਣ ਝਾੜ ਦੱਸਿਆ ਜਾਂਦਾ, ਪਰ ਆਪਾਂ 70 ਮਣ ਇਕੱਲਾ ਕਹਿ ਕੇ ਨਹੀਂ ਦਿੰਦੇ। ਜਦੋਂ ਇਹ ਵੱਢੀ ਤੁਹਾਨੂੰ ਲਾਈਵ ਕੱਢ ਕੇ ਵੀ ਦਿਖਾਵਾਂਗੇ ਕਿ ਬਾਕੀ ਅਸਲ ਦੇ ਵਿੱਚ ਕਿੰਨਾ ਨਿਕਲਦਾ। ਅਤੇ ਇਹਦੇ ਬਾਰੇ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਬਾਈ ਜੀ, ਅਤੇ ਆਪਾਂ ਜਿਉਂਦ ਪਿੰਡ ਦੇ ਵਿੱਚ ਖੜ੍ਹੇ ਹਾਂ ਜੀ, ਜ਼ਿਲ੍ਹਾ ਬਠਿੰਡਾ। ਅਤੇ ਕਿਹੜੀ ਵਰਾਇਟੀ ਹੈ ਜੀ ਕਣਕ ਦੀ? ਇਹ ਗ੍ਰੀਨ ਲਾਈਨ 2072 ਵੀਰੇ, 2072। ਅਤੇ ਬਿਜਾਈ ਦੀ ਜੇ ਗੱਲ ਕਰੀਏ ਤਾਂ ਕਿਹੜੀ ਮਸ਼ੀਨ ਦੇ ਨਾਲ ਕੀਤੀ ਸੀ? ਜ਼ੀਰੋ ਡਰਿੱਲ ਨਾਲ ਕੀਤੀ ਹੈ। ਜ਼ੀਰੋ ਡਰਿੱਲ ਦੇ ਨਾਲ ਬੀਜੀ ਹੋਈ ਹੈ। ਕਿੰਨਾ ਸੀਡ ਪਾਇਆ ਕਿੱਲੇ ਦਾ? ਇਹ 35-40 ਕਿੱਲੋ। 35-40 ਕਿੱਲੋ। ਅਤੇ ਬਾਈ ਕਿਵੇਂ ਰਿਹਾ ਰਿਜ਼ਲਟ ਹੁਣ ਤੱਕ ਦਾ? ਹੁਣ ਤੱਕ ਦਾ ਵਧੀਆ ਰਿਜ਼ਲਟ ਰਿਹਾ। ਅਤੇ ਪਹਿਲੀ ਵਾਰੀ ਲਾਈ ਆ ਬਾਈ? ਹਾਂ, ਪਹਿਲਾਂ ਮੱਕੀ ਲਾਈ ਸੀ ਵੀਰੇ ਆਪਾਂ ਇਹ ਕੰਪਨੀ ਦੀ ਗ੍ਰੀਨ ਲਾਈਨ ਦੇ। ਅਤੇ ਮੱਕੀ ਦਾ ਕਿਵੇਂ ਰਿਹਾ? ਮੱਕੀ ਦਾ ਪੂਰਾ ਵਧੀਆ ਜੀ। ਅਤੇ ਉਹਨੂੰ ਦੇਖਦੇ ਹੋਏ ਵੀ ਕੰਪਨੀ ਦੇ ਵਧੀਆ ਸੀਡ ਨੇ ਤਾਂ ਕਰਕੇ? ਅਤੇ ਬਾਈ ਡਿੱਗਣ ਵਗੈਰਾ ਦੀ ਸਮੱਸਿਆ ਜਾਂ ਪੀਲੀ ਕੁੰਗੀ ਹੁਣ ਤੱਕ ਕਾਹਦੇ ਦੀ ਆਈ ਵੀ? ਹਜੇ ਤੱਕ ਤਾਂ ਪੂਰੀ ਵਧੀਆ। ਅਤੇ ਜੇ ਖਾਦ ਖੁਰਾਕ ਦੀ ਗੱਲ ਕਰੀਏ ਤਾਂ ਉਹ ਇਹਨੂੰ ਕੀ ਕੁਛ ਦਿੱਤਾ? DAP ਦਾ 1 ਗੱਟਾ ਲਾਇਆ ਸੀ ਵੀਰੇ। ਹਾਂਜੀ, 2.5-2 ਗੱਟੇ ਯੂਰੀਆ ਦੇ ਲਾਇਆ। ਕੋਈ ਸਪਰੇ ਕੁਛ ਨਹੀਂ ਕਰਿਆ? ਮੈਗਨੀਜ਼ ਦੀ ਜਾਂ ਜਿੰਕ ਦੀ, NPK ਵਗੈਰਾ ਕੁਛ ਨਹੀਂ ਕਰਿਆ? ਨਾ ਕੁਛ ਨਹੀਂ ਕਰਿਆ। ਅਤੇ ਤੁਸੀਂ ਬਿਨਾਂ ਸਪਰੇਹਾਂ ਦੇ ਬਾਵਜੂਦ ਵੀ ਕੋਈ ਇਹ 'ਤੇ ਫੰਗੀਸਾਈਡ ਨਹੀਂ ਹੋਇਆ, ਫਿਰ ਵੀ ਤੁਸੀਂ ਦੇਖ ਸਕਦੇ ਹੋ ਕਣਕ ਦੀ ਅੱਜ ਦੀ ਹਾਲਤ ਬਹੁਤ ਸੋਹਣੀ ਆ। ਅਤੇ ਬਾਈ ਕਹਿੰਦਾ ਨਾ ਕੋਈ ਮੈਗਨੀਜ਼ ਦੀ ਸਪਰੇਅ ਕਰੀਏ ਘੱਟ ਵਾਲੀ ਜਾਂ ਕੋਈ ਹੋਰ, ਤਾਂ ਵੀ ਤੁਸੀਂ ਕਣਕ ਦੇ ਵਿੱਚ ਦੇਖ ਸਕਦੇ ਹੋ। ਅਤੇ ਬਾਈ ਨਦੀਨਾ ਵਾਲੀ ਵੀ ਨਹੀਂ ਕਰੀ? ਨਾ ਕਾਹਦੇ ਦੀ ਲੋੜ ਨਹੀਂ ਪਈ ਬਾਈ। ਠੀਕ ਹੈ, ਅਤੇ ਨਾ ਇਹਦੇ ਵਿੱਚ ਕੋਈ ਗੁੱਲੀ ਡੰਡਾ ਵਗੈਰਾ? ਅਤੇ ਅੱਜ ਦੀ ਕੰਡੀਸ਼ਨ ਕਣਕ ਦੀ ਵੀ ਓਕੇ ਆ? ਹਾਂਜੀ, ਓਕੇ ਆ ਪੂਰੀ। ਅਤੇ ਕਿੰਨਾ ਟਾਈਮ ਹੋ ਗਿਆ ਬਾਈ ਇਹਨੂੰ ਲੱਗੀ? ਕਦੋਂ ਦੀ ਬਿਜਾਈ ਆ ਇਹ? 9 ਤਰੀਕ ਦੀ ਬੀਜੀ। 9 ਨਵੰਬਰ ਦੀ ਬੀਜੀ। 9 ਨਵੰਬਰ ਦੀ ਬਿਜਾਂ ਦਾ ਤੁਸੀਂ ਦੇਖ ਸਕਦੇ ਹੋ ਕਣਕ ਅਤੇ ਆਈ ਖੜੀ ਆ। ਮੈਨੂੰ ਲੱਗਦਾ ਹਫ਼ਤਾ ਕੁ ਲਗਭਗ ਹੋਰ, ਹਫ਼ਤੇ ਦੇ ਲਗਭਗ ਇਹ ਵੱਢੀ ਜਾਣੀ ਹੈ ਗ੍ਰੀਨ ਲਾਈਨ ਦੀ 2072। ਅਤੇ ਹੋਰ ਕੋਈ ਕਰੈਕਟਰ ਨੋਟ ਕੀਤਾ ਹੋਵੇ ਜਿਵੇਂ ਸ਼ੁਰੂ ਦੇ ਵਿੱਚ ਫਟਾਰਾ ਵਗੈਰਾ ਜਾਂ? ਹਾਂ, ਫਟਾਰਾ ਪੂਰਾ ਵਧੀਆ ਬਾਈ, ਦੂਜਿਆਂ ਦੇ ਮੁਕਾਬਲੇ ਵੱਖਰਾ। ਇਹ 12-13 ਸਟਾਂਗਾਂ ਕੱਢੀਆਂ ਹੋਈਆਂ ਜੀ। ਠੀਕ ਹੈ, 12-13 ਟਾਂਗਾਂ ਨੇ ਇਹਦੇ ਵਿੱਚ। ਅਤੇ ਜਿਵੇਂ ਕਣਕ ਹਰੀ ਰਹੀ ਆ ਤੋਰ ਤੱਕ ਜਾਂ ਪੀਲੀ ਜੀ ਪੈ ਜਾਂਦੀ ਆ? ਪੀਲੀ ਤਾਂ ਪਈ ਨਹੀਂ ਬਈ, ਇਹ ਪੂਰੀ ਕਾਲਸ ਚ ਰਹੀ ਹੈ। ਠੀਕ ਹੈ, ਉਹ ਪੀਲੇਪਣ ਦੀ ਸਮੱਸਿਆ? ਪੀਲੇਪਣ ਕੁਛ ਨਹੀਂ ਆਇਆ। ਫੰਗੀਸਾਈਡ ਕੀਤਾ ਨਹੀਂ? ਨਾ ਕੁਛ ਵੀ ਨਹੀਂ ਕਰਿਆ। ਬਿਨਾਂ ਫੰਗੀਸਾਈਡ ਤੋਂ ਵੀ ਤੁਸੀਂ ਆਪਾਂ ਕਹਿ ਸਕਦੇ ਹਾਂ ਵੀ ਕਣਕ ਇਹ ਹੁਣ ਤੱਕ ਐਂਡ ਤੱਕ ਹਰੀ ਰਹੀ? ਹਾਂ ਬਈ, ਕੋਈ ਇਹਦੇ ਵਿੱਚ ਦਿੱਕਤ ਤੁਹਾਨੂੰ ਆਈ? ਕੋਈ ਦਿੱਕਤ ਨਹੀਂ ਹਜੇ ਤੱਕ ਜੀ। ਬਈ ਝੋਨਾ ਇਹਦੇ ਵਿੱਚ ਪਹਿਲਾਂ ਕਿਹੜਾ ਲੱਗਿਆ ਹੋਇਆ ਸੀ? ਪੀਲੀ ਪੂਸਾ ਸੀ ਬਈ। ਪੀਲੀ ਪੂਸਾ, ਅਤੇ ਪੀਲੀ ਪੂਸਾ ਵਾਲੇ 'ਚ ਤੁਸੀਂ ਦੇਖ ਸਕਦੇ ਹੋ ਜ਼ੀਰੋ ਡਰਿੱਲ ਨਾਲ ਬਿਜਾਈ ਕੀਤੀ ਆ, ਕਰਚੇ ਵਿੱਚ ਐਵੇਂ ਜੂਵੇਂ ਨੇ, ਤਾਂ ਵੀ ਇਹਨੂੰ ਕੋਈ ਫੰਗਸ ਉੱਲੀ ਵਗੈਰਾ ਦੀ ਸ਼ਿਕਾਇਤ? ਨਾ ਕੋਈ ਨਹੀਂ ਆਈ, ਕੋਈ ਨਹੀਂ ਆਈ। ਅਤੇ ਫੰਗੀਸਾਈਡ ਵੀ ਨਹੀਂ ਕੀਤਾ ਬਾਈ ਨੇ। ਹਾਈਟ ਵਗੈਰਾ ਬਾਈ ਕਣਕ ਦੀ ਬਹੁਤ ਸੋਹਣੀ ਲੱਗ ਰਹੀ ਆ, ਅਤੇ ਇਹਦੇ ਹਿਸਾਬ ਨਾਲ ਮੈਨੂੰ ਲੱਗਦਾ ਨਾੜ ਵੀ ਮਜ਼ਬੂਤ ਹੈ, ਤੂੜੀ ਵੀ ਵਧੀਆ ਬਣੂ। ਅਤੇ ਬਾਈ ਮੌਸਮ ਕਿਵੇਂ ਦਾ ਰਿਹਾ ਆਪਣੇ? ਕੋਈ ਡਿੱਗਣ ਦੀ ਹੋਰ? ਡਿੱਗਣ ਦੀ ਕੋਈ ਦਿੱਕਤ ਨਹੀਂ ਆਈ। ਹੋਰ ਵਰਾਇਟੀਆਂ ਡਿੱਗੀਆਂ ਆਲੇ ਦੁਆਲੇ ਜਾਂ ਕਿਤੇ ਮਾੜਾ ਮੋਟਾ ਹੈਗਾ? ਠੀਕ ਆ, ਮਾੜਾ ਮੋਟਾ ਜਿਹਾ ਹੈਗਾ ਮਤਲਬ ਕਿਤੇ ਜੇ, ਪਰ ਇਹ ਕਣਕ ਤੁਸੀਂ ਦੇਖ ਸਕਦੇ ਹੋ ਡਿੱਗੀ ਨਹੀਂ, ਇਹਦੇ ਵਿੱਚ ਕੋਈ ਵੀ ਸਮੱਸਿਆ ਨਹੀਂ ਆਈ। ਅਤੇ ਬਾਕੀ ਬੱਲੀ ਵੀ ਇਹਦੀ ਬਹੁਤ ਸੋਹਣੀ ਆ, ਦਾਣਿਆਂ ਦਾ ਤੁਸੀਂ ਦੇਖ ਸਕਦੇ ਹੋ, ਦਾਣੇ ਦਾ ਆਕਾਰ ਵੀ ਕਾਫੀ ਹੈ, ਵਧੀਆ ਸਾਈਜ਼ ਬਣਿਆ ਵਾ ਦਾਣੇ ਦਾ। ਅਤੇ ਬਾਕੀ ਜਿਹੜੀ ਰਹੀ ਗੱਲ ਝਾੜ ਦੀ, ਉਹ ਆਪਾਂ ਤੁਹਾਨੂੰ ਵੱਢਣ ਉਪਰੰਤ ਵੀਡੀਓ ਬਣਾ ਕੇ ਲਾਈਵ ਕੰਡਾ ਟਰੈਕਟਰ ਟਰਾਲੀ ਚਾੜ ਕੇ ਕੰਡੇ 'ਤੇ ਤੁਹਾਨੂੰ ਦੱਸਾਂਗੇ ਵੀ ਇੰਨਾ ਝਾੜ ਆਇਆ ਪਰ ਏਕੜ, ਜਿਹੜਾ ਆਪਾਂ ਸਹੀ ਹਰ ਵਾਰ ਦੱਸਦੇ ਹੁੰਦੇ ਤੁਹਾਨੂੰ ਵੀਡੀਓ ਦੇ ਵਿੱਚ। ਸੋ ਬਹੁਤ ਬਹੁਤ ਧੰਨਵਾਦ ਵੀਰੇ, ਮਿਹਰਬਾਨੀ ਜੀ।